تو رجائی من کا و انت انت الہی اذا لم اسأل کا فتعطینی فمن ذلذی اسأله فیعطینی الہی اذا لم ادعو کا فتستجیب لی فمن ذلذی ادعوہ فیستجیب لی الہی اذا لم اتضر الیک فترحمنی فمن ذلذی اتضر الیہ فیرحمنی الہی فکما فلکت البحر لموسیٰ علیہ السلام ونجیتہ اسألک ان تصلی علی محمد و آلہ و ان تنجینی مما انا فیہ و تفرج عنی فرجا عاجلا غیر عاجل بفضلک و رحمتک یا ارحم الراحمین اللهم صل علی محمد و آل سادی چوں ہر بندہ ہر سانس دے نال مقروض ہے آل محمد دے عبدی احسانات دا حل جزاء الاحسان الا الاحسان قرض دا کرو صلوات باواز بلند پڑھو تعداد کثیر ہے مومنین دی والی مشہد والی خراسان امام سامن غریبند زامن میرا اٹھواں مولا پی فرمیندے جڑا بندہ اپنے گناہ دے کفارے دے کیتے کچھ نہ کر سکدا ہووے اللہ اس بندے دے گناہ معاف کر دے سی اگر بندہ ساری رات تے کھلے چہرے نال درود پڑھدا رہوے ایک سلوات ایسی پڑھو جی میں اللہ نے آل محمد کو لائے کے سلوات بنائے اللہم اعوذ باللہ من الشیطان الرجیم بسم اللہ الرحمن الرحیم الحمد للہ الذی لا یبلغ مدحتہ القائلون صلوا جڑے صلوات نیوے بیٹھے پڑھ دے تو اگو آن دی نہیں یا میرے واری نیوے پڑھنا چاہن دے صلوات پڑھو بابا دے ثم الصلاة والسلام على النبي الله أمي الله هادي الله مهدي كوكب دري أحمد المكي ومحمد المدني صلوا عليه وسلموا تسليما وصلوات الذي كلا في شانه وما ارسلناك الا رحمة للعالمين نبي دي ذات اوچی صلوات صاحب الوقار والسكينة المدفون بأرض مدينة سیدا دے بہو اوکھا آیا تیری لاش اوتے تے نہیں طاقت بدن وچ رہ گئی توں جے ویلے دا لتھاں اکبر تیری امڑی خاک تے بہے حیاتی امی بلڈے حسین دے ایک مرتبہ صاحب یہ پڑھنا کنے بات پڑھی بیٹھے جی میں لکھوا رکھا اون دا مصائب شروع کیتا ہے جے دے باہر آدا آئی ہن میں کو نسبت دا کچھ نہیں
ਜ਼ੇਨ ਮਜਲਿਸ ਤੇ ਰੱਖ ਅੱਖ ਜਾਣੇ ਤੇ ਅਕਬਰ ਦੀ ਅੰਮਾ ਜਾਣੇ ਇਹ ਪੁੱਤਰ ਦਿਲਾ ਉਸ ਤੇ ਆ ਕੇ ਆਦ ਬੈਠੇ ਔਖਾ ਤੇ ਨਹੀਂ ਹਿੰਮਤ ਬਦਨ ਵਿੱਚ ਰਹਿ ਗਈ ਤੂੰ ਜੈ ਵੇਲੇ ਦਾ ਲੱਥਾਂ ਅਕਬਰ ਤੇਰੀ ਅਮੜੀ ਖਾਕ ਤੇ ਬਏ ਜਿਹੜੇ ਪੁੱਤਰਾਂ ਦੇ ਪਿਓ ਬੈਠੇ ਇਹੋ ਜਿਹੀਆਂ ਵਹਿਮ ਕੀ ਦੇਸ ਪਤਾ ਨਹੀਂ ਕਹਿਣਾ ਭਜਨ ਖਤਮ ਕਿਉਂ ਨਹੀਂ ਹੋ ਪੁੱਤਰ ਦੇ ਸਿਰਾਂ ਦੀ ਆ ਕੇ ਬੈਠਾ ਦੇ ਤੇਰੇ ਸਗਾਨ ਕਰੇਂਦਾ ਸ਼ਾਦੀ ਦੇ ਹਸਰਤ ਦਿਲ ਵਿੱਚ ਰਹਿ ਗਈ ਸੈਯਦਾ ਦੇ ਤੇਰੇ ਪੁੱਤਰ ਹੋਵੇ ਮੈਂ ਮੁਹਾਰ ਤੇ ਚੰਦਾ ਤੇਰੀ ਲਾਸ਼ ਉਠਾਉਣੀ ਜੀ ਜੀ ਜਾਈਆਂ ਦੇ ਪਰਦੇ ਹੋਣ ਮੈਂ ਲਖਵਾ ਰੱਖ ਜਾਈਆਂ ਦੇ ਪਰਦੇ ਹੋਣੀ ਬਸ ਇਤਨਾ ਪੜ੍ਹਨਾ ਕੋਈ ਤਵੀਲ ਮਜਲਿਸ ਨਹੀਂ ਪੜ੍ਹਨੀ ਕਾਫੀ ਟਾਈਮ ਮੈਂ ਲਖਵਾ ਰੱਖ ਸੈਯਦਾ ਦਾ ਬੈਠੇ ਤੇਰੇ ਸਗਾ ਹਸਰਤ ਦਿਲ ਵਿੱਚ ਰਹਿ ਗਈ ਤੇਰੇ ਪੁੱਤਰ ਹੁੰਦੇ ਮੈਂ ਮੁਹਾਰ ਤੇ ਚੰਦਾ ਤੇਰੀ ਲਾਸ਼ ਉਠਾਉਣੀ ਪਏ ਜਿਤਨੇ ਮਾਤਮ ਬੈਠੇ ਹੋ ਇਤਨਾ ਮੈਂ ਪੜ੍ਹਨਾ 43 ਹਿਜਰੀ ਸ਼ਾਬਾਨ ਦਾ ਮਹੀਨਾ ਫਸਲ ਰਬੀ ਦੀ ਇਬਤਦਾ ਖਮੀਸ ਦੀ ਧੰਮੀ ਧੰਮੀ ਏ ਹੁਸੈਨ ਦੇ ਘਰ ਨਬੀ ਦੀ ਸ਼ਕਲ ਜੰਮੀ ਏ ਮੈਨੂੰ ਦੇਖੇ ਬਾਈ ਮੈਂ ਜ਼ਾਕਿਰਾਂ ਮੈਨੂੰ ਦੇਖ ਮੈਂ ਜ਼ਾਕਿਰਾਂ ਮੇਰੀ ਜ਼ਾਕਿਰੀ ਸੁਣ ਤੇ ਮੇਰੀ ਜ਼ਾਕਿਰੀ ਦਾ ਵਜ਼ਨ ਕਰ ਜਿਹੜੇ ਜ਼ਾਕਿਰਾਂ ਕੋ ਤੂੰ ਜ਼ਾਕਿਰ ਬਣਾਈ ਵਧਾਈ ਨਾ ਕੋ ਮੈਂ 6 ਸਾਲ ਜ਼ਾਕਿਰੀ ਦੇ ਦਰਸ ਦੇ ਸਕਦਾ ਸਰਚਾ ਖਮੀਸ ਦੀ ਧੰਮੀ ਧੰਮੀ ਏ ਨਬੀ ਦੀ ਸ਼ਕਲ ਹੁਸੈਨ ਦੇ ਵਿਹੜੇ ਜੰਮੀ ਏਡੀ ਖੁਸ਼ੀ ਥਈ ਏ ਹੁਸੈਨ ਗਰੀਬ ਕੋ ਐਲਾਨ ਕਰਾਇਸ ਮੈਂ ਬਹੁ ਖੁਸ਼ ਹਾਂ ਜੋ ਕੁਝ ਮੰਗਣਾ ਵੇ ਮੰਗੋ ਮੈਂ ਹੁਸੈਨ ਦੇਵਾਂ ਜਿਹੜਾ ਜ਼ਾਕਿਰ ਘਰ ਲੋਕ ਬੈਠੇ ਮਜਲੇ ਸੀ ਮੰਗੋ ਮੈਂ ਹੁਸੈਨ ਦੇਵਾਂ ਭਾਈ ਜਾਨ ਮੈਂ ਅਕੀਦੇ ਵਾਲਾ ਜ਼ਾਕਿਰ ਹਾਂ ਕੋਈ ਗਰੀਬ ਆਈ ਤਾਂ ਹੁਸੈਨ ਗਨੀ ਕਰ ਛੋੜੇ ਕੋਈ ਬੇ ਔਲਾਦ ਆਈ ਤਾਂ ਹੁਸੈਨ ਦੁਆ ਕੀਤੀ ਆਜ਼ਾਦ ਸੈਨ ਵਕਤ ਅੱਲਾ 7 ਪੁੱਤਰ ਲੈ ਛੋੜੇ ਜਿਹੜੇ ਮਾਤਮੀ ਬੈਠੇ ਵੇ ਕੋਈ ਮਕਰੂਜ਼ ਆਈ ਤਾਂ ਹੁਸੈਨ ਕਰਜ਼ੇ ਅਦਾ ਹਕੀਮ ਸ਼ਾਹ ਕਰ ਛੋੜੇ ਜੁਮਲਾ ਅਗਲਾ ਔਖਾ ਹੈ ਦੁਨੀਆ ਕੋ ਡੇਵਣ ਦੇ ਬਾਅਦ ਕਾਇਨਾਤ ਦਾ ਕਰੀਮ ਘਰ ਆਏ ਅਲੀ ਦੀ ਧੀ ਡਿੱਠੇ ਬੀਬੀ ਆਦੀ ਐਲਾਨ ਤੁਸਾਂ ਕਰਾਏ ਜੋ ਕੁਝ ਮੰਗੋ ਮਿਲਸੀ ਮਲੰਗ ਜਿਵੇਂ ਗਰੀਬਾਂ ਦੇ ਮਿਲਸੀ ਇਵੇਂ ਅਦਬ ਦਾ ਸਰ ਝੁਕਾ ਕੇ ਆਦੀ ਮੁਹੰਮਦ ਦੀ ਧੀ ਪਈ ਆਦੀ ਮਿਲਸੀ ਸ਼ਬੀਰ ਭੈਣ ਦੇ ਚਿਹਰੇ ਦੀ ਤਿਲਾਵਤ ਕਰਕੇ ਆਦੇ ਨਬੀ ਦਾ ਪੁੱਤਰ ਵੀ ਆਦੇ ਮਿਲਸੀ ਬੀਬੀ ਆਦੀ ਨਾ ਦੁਰ ਮੰਗਦੀਆਂ ਨਾ ਚਾਦਰਾਂ ਮੰਗਦੀਆਂ ਕੁਛ ਨਾ ਮੰਗਦੀ ਉਹ ਨਾਨੇ ਦੀ ਸ਼ਕਲ ਵਾਲਾ ਬਚੜਾ ਦੇਂਦੇ ਸ਼ਾਬਾਸ਼ 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 ਜਿਹੜੇ ਜ਼ਾਕਿਰ ਕਰ ਲੋਕ ਬੈਠੇ ਜੀ ਜੀ ਧੀਆਂ ਦੇ ਪਰਦੇ ਹੁਣ ਮੈਂ ਲਖਵਾ ਰੱਖ ਇਹੋ ਨਾਨੇ ਦੀ ਸ਼ਕਲ ਵਾਲਾ ਬਚੜਾ ਦੇਂਦੇ ਸ਼ਬੀਰ ਨੇ ਇਵੇਂ ਪੁੱਤਰ ਕੋ ਚਾਹ ਕੇ ਭੈਣ ਦੇ ਹੱਥਾਂ ਤੇ ਰੱਖੇ ਵੇਣ ਦੇ ਹੱਥਾਂ ਤੇ ਰੱਖ ਕੇ ਆਲੀਆ ਦੇ ਚਿਹਰੇ ਦੀ ਤਿਲਾਵਤ ਕਰਕੇ ਆ ਦਿਨ ਗਿੰਦੀ ਪਈ ਏ ਹਿਵੀ ਅਮਾਨਤ ਕੋਈ ਬੈਠੋ ਜਿਹਨੇ ਗੁਜ਼ਾਕਰੀ ਦਾ ਪਤਾ ਲੱਗਦਾ ਹੋਵੇ ਗਿੰਦੀ ਪਈ ਏ ਹਿਵੀ ਅਮਾਨਤ ਇਵੇਂ ਤੜਫੀ ਹੈ ਬੀਬੀ ਅਮਾਨਤ ਅਮਾਨਤ ਤਾਂ ਵਾਪਸ ਗਿਦੀ ਵਹਿੰਦੀ ਹੈ ਕਦਾਂ ਗਿਣਸੋ ਝੰਡੀਰਾਂ ਦੀ ਜ਼ਾਕਰੀ ਦਾ ਲਫ਼ਜ਼ ਸੁਣ ਗਿਣਸੀ ਇਹ ਅਮਾਨਤ ਕਦਾਂ ਵਾਪਸ ਗਿਣਸੋ ਉਹ ਜਿਹੜੇ ਮਾਤਮੀ ਬੈਠੇ ਸ਼ਬੀਰ ਭੈਣ ਦੇ ਸਰ ਤੇ ਹੱਥ ਰੱਖ ਕੇ ਆਦੇ ਯਾਦ ਰੱਖੇ ਜਦੋਂ ਊ ਅਕਬਰ ਦੇ ਦੀਨ ਕੀਤੇ ਈ ਅਕਬਰ ਦੀ ਲੋੜ ਪਈ ਮੈਂ ਤੇਰੇ ਕੋਲ ਅਕਬਰ ਵਰਾ ਗਿਆ ਸ਼ਾਬਾਸ਼ 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 ਮੈਂ ਲਖਵਾ ਰੱਖ ਜੀ ਜਾਈਆਂ ਦੇ ਪਰਦੇ ਹੋਣ ਜਦੋਂ ਉਸ ਅਕਬਰ ਦੇ ਦੀਨ ਕੀਤੇ ਉਸ ਅਕਬਰ ਦੇ ਦੀਨ ਕੀਤੇ ਈ ਅਕਬਰ ਦੀ ਲੋੜ ਪਈ ਮੈਂ ਅਕਬਰ ਵਰਾ ਗਿਆ ਸਭ ਪਲੇਂਦੀ ਰਹੀ ਤੇ ਇਹਨ ਪਾਲਿਆ ਸੀ ਜਿਹੜੀ ਜਾਫਰ ਤਿਆਰ ਦੀ ਨੋਂ ਆਈ ਰਈਸ ਅਰਬ ਅਬਦੁੱਲਾ ਇਬਨ ਜਾਫਰ ਦੀ ਜ਼ੌਜਾ ਹੈ ਕਾਇਨਾਤ ਦੇ ਮਾਲਿਕ ਅਲੀ ਦੀ ਧੀ ਹੈ ਮਲੰਗ ਤੁਹਾਡੇ ਉੱਤੇ ਸਵਾਲ ਹੈ ਕਈ ਸ਼ਾਇਦ ਕਮੀ ਹੈ ਇਸ ਘਰ 'ਚ
ਕਮੀ ਕਈ ਸ਼ੈ ਦੀ ਨਾ ਇਸ, ਲੇਕਿਨ ਅਕਬਰ ਦਾ ਇਹਤਰਾਮ ਇਤਨਾ ਕੀਤਾ ਸੀ ਨਾ, ਸ਼ਬੀਹ ਮੁਹੰਮਦ ਸਮਝ ਕੇ ਏਡਾ ਨਾਜ਼ਾ ਨਾਲ ਪਾਲਿਆ ਸਵਾਤ, ਜਿਹੜਾ ਬੀਬੀ ਦੇ ਆਪਣੇ ਪੁੱਤਰ ਦੁਨੀਆਂ ਤੇ ਆਏ ਨਾ, ਵੱਤ ਅਕਬਰ ਦਾ ਬੱਚਾ ਹੋਇਆ ਖਾਣਾ ਤਬਰੁਕ ਸਮਝ ਕੇ ਪੁੱਤਰਾਂ ਨੂੰ ਖਵਾਏ। ਸ਼ਾਬਾਸ਼ 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 ਸ਼ਾਬਾਸ਼, ਮੈਂ ਲਖਵਾ ਰੱਖਾਂ, ਮੈਂ ਲਖਵਾ ਰੱਖ ਜੀ, ਮੈਂ ਲਖਵਾ ਰੱਖਾਂ, ਦੀਆਂ ਦੇ ਪਰਦੇ ਹੋਣੇ, ਅਕਬਰ ਦੇ ਬੱਚੇ ਹੋਏ ਖਾਣੇ ਪੁੱਤਰਾਂ ਨੂੰ ਖਵਾਉਂਦੀ ਆਈ, ਅਕਬਰ ਦੇ ਬੱਚੇ, ਅਕਬਰ ਦਾ ਲੱਥੇ ਹੋਏ ਕੱਪੜੇ, ਕਾਬੇ ਦਾ ਗਿਲਾਫ ਸਮਝ ਕੇ ਪੁੱਤਰਾਂ ਨੂੰ ਪਵਾਉਂਦੀ, ਕਾਬੇ ਦਾ ਗਿਲਾਫ ਸਮਝ, ਏਡਾ ਨਾਜ਼ਾ ਨਾਲ ਪਾਲਸ ਅਕਬਰ ਤੂੰ। ਮੈਂ ਕੋਈ ਪਤਾ ਲੱਗਦਾ ਪਏ ਜੋ ਜ਼ਾਕਰੀ ਦੇ ਆਸ਼ਕ ਜਾਂ ਬੱਚੇ ਵਧਣ, ਬੱਚੇ ਵਧੇ ਜ਼ਾਕਰੀ ਦੇ ਆਸ਼, ਸਮਝ ਆਉਂਦੀ ਪਈ ਹੈ। ਹਰ ਬੰਦਾ ਹੀ ਨਹੀਂ ਹੁੰਦਾ, ਹਰ ਲਫ਼ਜ਼ ਹੀ ਹਰ ਬੰਦੇ ਵਾਸਤੇ ਨਹੀਂ ਹੁੰਦਾ। ਬੱਚੇ ਹੋਏ ਖਾਣੇ ਪੁੱਤਰਾਂ ਨੂੰ ਖਵਾਉਂਦੀ ਆਈ, ਲੱਥੇ ਹੋਏ ਕੱਪੜੇ, ਮੇਸਮ ਬਈ ਮਾਲਕ ਤੁਹਾਡੀ ਥੋੜੀ ਵੀ ਸ਼ਾਇਦ ਕਮੋਲ ਫਰਮਾ ਲਓ, ਇੱਜ਼ਤ ਅਦਾ ਕਰੇ ਹੁਸੈਨ ਦਾ, ਮਾਂ ਹੁਸੈਨ ਦੀ ਈ ਤੁਸੀਂ ਜ਼ਿਆਦਾ ਵਕਤ ਲਾ ਦੀ। ਅਕਬਰ ਦੇ ਲੱਥੇ ਹੋਏ ਕੱਪੜੇ ਪੁੱਤਰਾਂ ਨੂੰ ਪਵਾਉਂਦੀ ਆਈ, ਜਿਹੜੇ ਮਾਤਮੀ ਬੈਠੇ ਹੋਏ ਨਾ, ਸੋਹਣਾ ਇਤਨਾ ਹੈ ਅਕਬਰ, 12 ਸਾਲਾਂ ਤੋਂ ਬਾਅਦ ਮਾਂ ਚਿਹਰੇ ਤੇ ਨਿਕਾਬ ਪਾ ਛੋੜਿਆ। ਕਰੋ ਸਵਾਲ ਇਮਰਾਨ ਜੰਡੀਰ ਦਾ ਸਾਹ, ਨਿਕਾਬ ਕਿਉਂ ਪਾਤੇ ਹਨ? ਇਸ ਵਜ੍ਹਾ ਇਹ ਆਈ ਜੋ ਮੇਰੇ ਪੁੱਤਰ ਕੋ ਬਾਜ਼ਾਰ ਦੁਨੀਆਂ ਚ ਨਜ਼ਰ ਬਦ ਕਹਿੰਦੀ ਨਾ ਲੱਗੇ। 12 ਸਾਲਾਂ ਤੋਂ ਪਹਿਲੇ ਨਿਕਾਬ ਪਾਵਣਾ ਮਜਬੂਰੀ ਆਈ। ਸਿਕੰਦਰ ਖਾਨ ਅਗਰ ਅਲੀ ਅਕਬਰ ਲੱਗਾ ਵਾਂਗੇ ਆ ਨਾ ਬਾਜ਼ਾਰ ਮਦੀਨੇ ਚ ਕਹਿ ਦੁਕਾਨ ਤੇ, ਜਿਹੜੇ ਪੁਰਾਣੇ ਲੋਕ ਸੁਣਨ ਵਾਲੇ ਬੈਠੇ ਹੋ, ਬਾਜ਼ਾਰ ਮਦੀਨੇ ਚ ਲੱਗਾ ਵਾਂਗੇ ਅਕਬਰ ਤੇ ਗਾਹਕਾਂ ਦੀ ਜਿਤਨੀ ਭੀੜ ਹੋਵੇ ਆ, ਤੇ ਭਾਈ ਜਾਨ ਇਹਨੂੰ ਦੀਦ ਪਏ ਵਾਂਗੇ ਨਾ ਦੁਕਾਨਦਾਰ ਦੀ, ਅਲੀ ਅਕਬਰ ਦੇ ਸਾਰੇ ਗਾਹਕਾਂ ਕੋ ਆਦਾ ਤੁਸਾਂ ਟੁਰ ਵਾਂਗੇ ਹੁਸੈਨ ਦੇ ਅਕਬਰ ਕੋਈ ਰੋਜ਼ਾ ਮਨੇ। ਸ਼ਾਬਾਸ਼ ਸ਼ਾਬਾਸ਼, ਆਖਰੀ ਬੰਦੇ ਤੱਕ ਹਰ ਬੰਦਾ ਮਾਤਮ ਵਿੱਚ ਸ਼ਾਮਿਲ ਹੋ। ਜੀ 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 ਜਾਈਆਂ ਦੇ ਹੁਸੈਨ ਦੇ ਅਕਬਰ ਕੋਈ ਨੇਤਾ ਹੋਣ, ਮੈਂ ਲਿਖਵਾ ਰੱਖ ਹੁਸੈਨ ਦੇ ਅਕਬਰ ਕੋਈ ਨੇਤਾ ਹੋਣ। ਔਰ ਜਿਹੜੇ ਮਾਤਮੀ ਬੈਠੇ ਨੇ ਚਿਹਰੇ ਤੇ ਨਿਕਾਬ, 12 ਸਾਲਾਂ ਤੋਂ ਬਾਅਦ 13 ਸਾਲ ਦਾ ਅਕਬਰ ਹੋਇਆ, ਇੱਕ ਨੀ ਬੀਬੀ ਸੱਦੇ, ਅੱਬਾਸ ਜੀ ਬੀਬੀ ਰਾਜ਼ੀ ਜੀ ਜੀ ਵੀ ਨਮਾਜ਼ੀ ਰਾਜ਼ੀ, ਮੈਂ ਚਾਹੁੰਦੀ ਹਾਂ ਮੇਰੇ ਅਕਬਰ ਕੋ ਫਨੂਨ ਜੰਗ ਸਿਖਾ, ਇਵੇਂ ਕਦਮਾਂ ਤੋਂ ਦੇਖ ਕੇ ਆਦੇ ਬੀਬੀ ਕਮੀ ਤਾਂ ਕੋਈ ਨਹੀਂ ਆਪਣੇ ਦੌਰ ਦਾ ਅਲੀ ਹੈ। ਬੀਬੀ ਆਦੀ ਮੈਂ ਜਾਣਦੀ ਹਾਂ ਆਪਣੇ ਦੌਰ ਦਾ ਅਲੀ ਹੈ, ਲੇਕਿਨ ਮੈਂ ਚਾਹੁੰਦੀ ਹਾਂ ਜਿਹੜਾ ਵੱਡਾ ਹੀ ਹੈ ਤੇਡਾ ਸ਼ਾਗਿਰਦ ਹੋਵੇ। ਸ਼ਾਬਾਸ਼ ਸ਼ਾਬਾਸ਼ ਸ਼ਾਬਾਸ਼, ਅੱਬਾਸ ਅਕਬਰ ਤੇਰਾ ਸ਼ਾਗਿਰਦ ਹੋਵੇ। ਫਨੂਨ ਜੰਗ ਰਾਜ਼ੀ ਸਿਖੇਂਦਾ ਪੀਏ, ਦੀਂ ਗੁਜ਼ਰਦੇ ਪੈਣ 3 ਸਾਲਾਂ ਤੋਂ ਬਾਅਦ 16 ਜਾਂ 17 ਸਾਲ ਦਾ ਹੈ ਅਕਬਰ। ਇੱਕ ਨੀ ਬੀਬੀ ਪੁੱਛੇ, ਅੱਬਾਸ ਜੀ ਬੀਬੀ ਮੈਂ ਕੋਈ ਕੰਮ ਤੇਰੇ ਜ਼ਿੰਮੇ ਲਾਇਆ ਹੈ, ਅਦਬ ਦਾ ਸਰ ਝੁਕਾ ਗਿਆ ਤੇ ਬੀਬੀ ਕਮੀ ਨਹੀਂ ਪੂਰਾ ਜੰਗ ਜੂ ਹੈ। ਬੀਬੀ ਇੱਕ ਲਫ਼ਜ਼ ਆਖੇ, ਬੀਬੀ ਅਦੀਏ ਮੈਂ ਕਿਵੇਂ ਮੰਨਾਂ, ਕਿਆ ਬੀਬੀ ਕੋ ਇਤਬਾਰ ਕੋਈ ਨਾ ਸ਼ਾਹ ਸ਼ਮਸ, ਪੂਰੇ ਮੁਲਕ ਤੋਂ ਆਇਆ ਹੋਇਆ ਮਜਮਾ ਦਰਬਾਰ ਸਖੀ ਦੀ ਨਗਰੀ ਹੈ, ਸ਼ਾਹ ਸ਼ਮਸ ਬਾਦਸ਼ਾਹ ਦੀ ਨਗਰੀ ਹੈ, ਯਕੀਨ ਕੋਈ ਨਾ ਹੈ ਇਸ ਯਕੀਨ, ਕਿਉਂ ਆਖਿਆ ਜੋ ਮੈਂ ਕੋ ਮੰਜ਼ਰ ਪੇਸ਼ ਕਰਕੇ ਮਸ਼ਤ ਕਰਕੇ ਦਿਖਾਓ। ਬੀਬੀ ਚਾਹੁੰਦੀ ਆਈ ਅੱਜ ਗਾਜ਼ੀ ਦਾ ਜੰਗ ਦੇ ਗਿੰਨਾ ਕਰਬਲਾ ਤੇ ਕੋ ਲੜਨ ਹੀ ਕਹਿ ਨਹੀਂ ਗਿਆ। ਸ਼ਾਬਾਸ਼ ਸ਼ਾਬਾਸ਼ ਸ਼ਾਬਾਸ਼, ਬੈਠਣ ਜਾਕਰ ਘਰ ਲੋਕ ਬੈਠਣ ਦੇ ਵਿੱਚ, ਮਜਲਿਸ ਸੁਣਨ ਵਾਲੇ ਬੈਠਣ ਦੇ ਵਿੱਚ, ਉਹ ਬੰਦੇ ਬੈਠੇ ਜਿਹਨਾਂ ਕੋ ਪਤਾ ਲੱਗਦਾ ਜੋ ਜ਼ਾਕਰੀ ਹੁੰਦੀ ਕਿਆ ਹੈ, ਉਹ ਬੰਦੇ ਬੈਠੇ ਨੇ ਜਿਹਦੇ ਵਿੱਚ, ਸਰ ਚਾਹ ਦੇਖ ਮੇਰੇ ਪਾਸ ਦਾ, ਚਾਹੁੰਦੀ ਆਈ ਜੋ ਜੰਗ ਦੇਖਾਂ। ਜ਼ਵਾਰ ਮੁਹੰਮਦ ਅਲੀ ਹੁਸੈਨ ਦੇ ਪੁਰਾਣੇ ਜ਼ਾਕਰੀ ਵੇ, ਤੁਹਾਡੇ ਕੋਲ ਦੁਆ ਗਿਣਨੀ ਹੈ ਜੁਮਲੇ ਤੇ, ਬਜ਼ੁਰਗਾਂ ਦੇ ਇਕੱਠੇ ਜ਼ਿੰਦਗੀ ਗੁਜ਼ਾਰੀ ਵੇ, ਹੁਸੈਨ ਦੇ ਸ਼ਰੀਫ ਔਰ ਇੱਜ਼ਤ ਵਾਲਾ ਜ਼ਾਕਰ, ਜਿਤਨੇ ਮਾਤਮੀ ਬੈਠੇ ਵੇ, ਤਤਹੀਰ ਦੇ ਪਾਕ ਸੈਨ ਚ ਕੁਰਸੀਆਂ ਲੱਗੀਆਂ, ਅਲੀ ਦੀ ਧੀ ਦਾ ਵਸਦਾ ਵੇਲਾ ਹੈ, ਵੇਣੀ ਬਿਰਾ ਬੈਗਨ ਕੁਰਸੀਆਂ ਤੇ, ਪੜ੍ਹੇ ਲਿਖੇ ਲੋਕ ਜਾਣਦੇ ਨੇ ਕਿਹੜੇ ਮਾਤਮੀ ਬੈਠੇ ਨੇ। ਅਮਨ ਦੇ ਨੀਵੀ ਹੋਵੇ ਨਾ, ਮੈਂ ਆਪਣੇ ਮੁਲਕ ਦੀ ਮਿਸਾਲ ਦੇਵਾਂ, ਪਾਕਿਸਤਾਨੀ ਫੌਜ ਜੰਗ ਦੀ ਮਸ਼ਕ ਕਰੇਂਦੀ ਹੈ, ਰਹਿੰਦੀ ਹੈ ਨਾ ਬਾਈ ਸਫਦਰ, ਵਸਦਾ ਵੇਲਾ ਇਸ ਆਪਣੇ ਵਿਹੜੇ 'ਚ ਮਸ਼ਕ ਸ਼ੁਰੂ ਹੋਈ ਹੈ ਜੰਗ ਦੀ, ਕੁਰਸੀਆਂ ਲੱਗ ਗਈਆਂ, ਅੱਬਾਸ ਅਤੇ ਅਕਬਰ ਨੇ ਜੰਗ ਦਾ ਹਯਾਤੀ ਉਹ ਵੀ ਮੁਜ਼ਾਹਰਾ ਕਰਨ ਆਈ, ਤਵੱਜੋ ਨਾ ਹਟਾਉਣੇ ਨਹੀਂ ਆਜੋ ਹੁਸੈਨ, ਮੈਂ ਹੁਸੈਨ ਦਾ ਅਕਬਰ ਪੇ ਪੜਦਾ, ਮੁਜ਼ਾਹਰਾ ਕਰਨਾ ਆਉਣੇ ਜੰਗ ਦਾ। ਮੈਂ ਮੈਂਬਰ ਦੀ ਕਸਮ ਹੈ ਗਾਜ਼ੀ ਸਭ ਤੋਂ ਪਹਿਲੇ ਆਖੇ ਅਕਬਰ ਤੂੰ ਵਾਰ ਕਰ, ਜੰਗ ਆਈ ਨੇਜ਼ੇ ਦੀ, ਅਕਬਰ ਨੇਜ਼ਾ ਚਾਹੇ, ਮਸ਼ਕ ਵਾਸਤੇ ਅਕਬਰ ਨੇਜ਼ੇ ਦਾ ਵਾਰ ਕੀਤੇ,
نیزے دا وار ہوئے عباس بیکار کیتے، غازی جیڈا ہی ہے، اکبر جیڈا دلیر ہے، عباس تے شاگرد ہے، اکبر نے وار کیتے غازی بیکار کیتے، ہن وارا ہے عباس دا، حیاتی ہوگی غازی نے میں نیزہ چاہتے، غازی نے نیزے دوار کیتے، اکبر شاگرد ہے، عباس استاد ہے، جڑا بندہ ماتم کر سکتے، غازی دے نیزے دی چونج اکبر دے سینے دے نیڑے رکی ہے، ادو نیزے دا رکنا ہے، یا بی بی آلیا تو کرسی چھٹ گئی ہے، بی بی سد مار کے آتی ہے، سنان کے مارے دشمن دا سینہ نہیں بچڑے دا سینے، شاباش شاباش، ہن انہیں دھیاں دے پردے ہونی میں لکھوارا، صرف مظاہرہ کرنا ہے مارنا نہیں، حسین ذاکر سید شاہ صاحب، پیر شہید شاہ صاحب دا جملہ میں دہرائیں دا پیاں، غازی دے کول آ کے آدھی تو مشک پیا کریں دا ہاں، اگر لگ پوں دا دیاں دے پردے ہونی، دیاں دے پردے ہونی میں لکھوارا کا، تو مشک پیا کریں دا ہاں، اگر لگ پوں دا، باس ختم، ترے مہینے دھی علی دی نہیں ستی، یہ سنن والے لوگ بیٹھے نہیں ستی، سمے ہاں ادھی رات لے تڑپ کے اٹھیا، ایکو لفظ منہ نکلیا، بی بی آکھیا اگر لگ پوں دا، میں آدان تے صرف ڈٹھا برداشت نہیں کیتا، اللہ جانے اونلے برداشت کیویں کیتا ہو سی، جدا اکبر دے سینے چ برچھی لگی ہوئی آئی، کیویں ہولے ہولے نیمانی نگاہیں بابے تو دیکھ کے آکھیا بابا میرا آخری ٹائم ہے، میں لکھوار لکھوار، شاباش شاباش، تیاری کرو بھائی، او حسین دے اکبر دا مضمون ایڈا سوکھا نہیں، نہ ایڈا بے پرواہی کیتی کر، دو بزرگاں دے میں جملے پڑھنا چاہنا، درجات بلند ہوئے میرے نانے محترم مولانا مرید عباس لنگا دے، وہ فرمائیں دے رہاں دے نا، حسین دا اکبر ایڈا وڈا نقصان ہے، کربلا دے جنگل حکیم صاحب اکبر دے بابے کہیں کو بد دعا نہیں دیتی، ہی کو اکبر ہے جہاں دے قاتل کو حسین بد دعا دیتی ہے، ایمیں پتر دے سران دیا کے آدھا بیٹھے اللہ تیرے ایمیں مارے جیمیں تیرے میڈا مارے، شاباش شاباش، کر تیاری ماتم دی بھائی، اللہ جی 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 ہاتھ نہ جوڑو، میں لکھوا رکھ، اللہ تیرے ہی میں مارے جی میں تائیں میڈا مارے، ایک دوسرے لفظ میں اپنے بزرگ فردوسی پاکستان خلد آشیان، حسین دا بزرگ ازادار ہے، آدھے اکبر تو بعد جنگ نہیں ہوئی، وقت صرف ظلم ہوئی، اور جملہ پیا دسا نا جملہ جڑے ماتمی بیٹھے فردوسی پاکستان دا ایک ڈوڑا پڑھنا چاہنا، ملک نظر حسین ارشاد عباسی دا، وہ فرمائندے رہندے نا آدم تو لے کے خاتم تک جتنے سونے گزرے بھائی جان، نبی چاچا گزرے، اوصیاء گزرے، اولیاء گزرے، بڑے سونے گزرے، لیکن کہیں دی موت تے ملک الموت رننا نہیں، اگر توجہ تیری ہوے مجلس والے پاسے تے ملک الموت اونے رنے جسلے بوڑھے پیو نے برچی جات پاتے، انہیں پواندی آلے پاسے کھڑ کے ملک الموت پیو دی ضعیفی دو رٹھے، پوتو دی جوانی دو رٹھے، انہیں آسمان دو دے کیا دے ہیں مطلق بے پرواہ خالق، پیا رنگ عجیب لکھے دے آدھا کھڑے پچھ کے پوتر دے سینوں پیو پر چھی، پیا جی لکھوار لکھوار، کیوں جی 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 میں لکھوار رکھ، ہیں مطلق بے پرواہ خالق، پیا رنگ عجیب لکھے دے ملک الموت آدھے چھ کے پوتر دے سینوں پیو پر چھی، پیا جگر حسین عظمین نے ہیں لم جلد ولم یولد، پیا تائیں بھار چویں نے ملک الموتا دے کوئی اپنا ہی اکبر ہوئی، ہاں شاباش 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 شاباش، جی جائیں دے پہ حسین دی مارا دی ہوں میں لکھ، جی ہیں لکھوار ہیں لم جلد ولم یولد، پیا تائیں بھار چویں نے کوئی اپنا ہی اکبر ہوئی، ہاں حسین دا اکبر میدان چے لڑدا ودے اکبر سونا، ایتھائی میں دو وین کراں ممبر حوالے کراں، لڑدا ودے اکبر سونا، بزرگ فرمیندے راندے نے پیو کو ویلے منہ جھائیے، جدا اکبر کو فوج ویڑ گئی ہے، نیاز حسین اکبر دے مضمون اچ بے توجہ نہ کرے، میں حسین دے سونے پتر دے مسائے پیا پڑھ دے، اکبر کو فوج ویڑ گئی ہے، پیو ٹبے تے کھڑے، پیو سڈ مارے اکبر وقت ساد مارس، اکبر اکبر جنگ چ مشغول آئی، حسین دے اکبر جواب نہیں دیتا،
ਗਾਜ਼ੀ ਜਿਵੇਂ ਖੜਾ ਇਹਨੇ ਟਿੱਬੇ ਤੋਂ ਇਵੇਂ ਆਇਆ ਜਿਵੇਂ ਝਿੱਕ ਤੋਂ ਪਾਣੀ ਆਉਂਦਾ। ਜਲਦੀ ਨਾਲ ਆ ਕੇ ਇਵੇਂ ਅਕਬਰ ਦੇ ਘੋੜੇ ਦੀ ਲਾਗ ਨਾ ਪਈ, ਅਕਬਰ ਦੀ ਅੱਖ ਜੱਕ ਪਾ ਕੇ ਖੜਾ ਦੇ, ਤੂੰ ਜੰਗਾਂ ਵਿੱਚ ਮਸ਼ਗੂਲ ਵਧੇ ਵਧੇ ਪਿਓ ਮਜ਼ਲੂਮ ਸਦੇਂਦਾ। ਕਿਆ ਬਾਤ ਹੈ, ਕਿਆ ਬਾਤ ਹੈ, ਕਿਆ ਬਾਤ ਹੈ, ਹਾਏ ਹੁਸੈਨ ਜਿਹੜੇ ਮਾਤਰੀ ਬੈਠੇ ਹੋਏ ਲੱਖ। ਜੀ ਜੀ, ਤੂੰ ਜੰਗਾਂ ਵਿੱਚ ਮਸ਼ਗੂਲ ਵਧੇ ਵਧੇ ਪਿਓ ਮਜ਼ਲੂਮ ਸਦੇਂਦਾ। ਅਕਬਰ ਅੱਬਾਸ ਆਦੇ ਚੜ ਮੋਹਰ ਤੇ ਸਹਿਰਾਂ ਕਰਨ ਵਾਲਾ ਵਧੇ ਪੈਦਲ ਬੰਦ ਕਰੇਂਦਾ। ਯਾਸੀਨ ਦੇ ਦਿਲ ਦਾ ਦਿਲ ਦਲ ਵਿੱਚ ਵਧੇ ਮਰਜ਼ੀਆਂ ਯਾਰ ਗੁਲੇਂਦਾ। ਝਲਵਾਗ ਤੇ ਮਿਲ ਗਿਨ ਬਾਬੇ ਉਹ ਵਧੇ ਧੁੱਪ ਦੇ ਸੇਕ ਥਲੇਂਦਾ। ਸ਼ਾਬਾਸ਼ ਸ਼ਾਬਾਸ਼ ਸ਼ਾਬਾਸ਼, ਬਸ ਹੋ ਗਈ ਮੇਰੇ ਹਿੱਸੇ ਦੀ ਪੜ੍ਹਾਈ। ਬਾਈ ਥਾਈ ਡੂ ਵੈਣ ਚੱਕਰਾਂ ਤੇ ਮਿੰਬਰ ਹਵਾਲੇ ਚੱਕਰਾਂ। ਅਕਬਰ ਵਧਾ ਲੜਦੇ ਮੈਦਾਨ ਚ, ਮੈਦਾਨ ਤੋਂ ਲੈ ਕੇ ਖਿਆਮ ਤੱਕ ਮੁਲਤਾਨ ਵਾਲੋ ਨਿਗਾਹ ਦੀ ਤਾਰ ਬਣ ਗਈ ਹੈ, ਨਜ਼ਰ ਦੀ ਤਾਰ। ਤਾਰ ਕਿਵੇਂ ਬਣੀ ਹੈ? ਅਕਬਰ ਵਧਾ ਲੜਦਾ, ਅਕਬਰ ਦੀ ਦੀਦ ਫੌਜ ਤੇ ਅੱਬਾਸ ਟਿੱਬੇ ਤੇ ਖੜੇ, ਗਾਜ਼ੀ ਦੀ ਦੀਦ ਅਕਬਰ ਤੇ, ਹੁਸੈਨ ਕੁਰਸੀ ਤੇ ਬੈਠੇ, ਹੁਸੈਨ ਦੀ ਦੀਦ ਅੱਬਾਸ ਤੇ। ਬੇ ਉਸਤਾਦ ਜ਼ਾਕਰ ਪੜਦੇ ਵਧੇ ਹੁੰਦੇ ਨੇ ਜੋ ਹੁਸੈਨ ਕਦਾਂ ਕੁਰਸੀ ਤੇ ਬੈਠਾ ਆਈ, ਜਾਂਦੇ ਪੋਤਰ ਟੋਰ ਵੰਜਣ ਉਹ ਕੁਰਸੀ ਤੇ ਨਹੀਂ ਬਾਂਦਾ। ਹੁਸੈਨ ਕੋਈ ਤੇਰੀ ਕਾਰ ਆਈ ਵੀ ਕੰਡਾ ਪੋਤ ਪੋਵੇ ਤੇ ਸੱਥਰ ਮਲ ਗਿੰਦੇ। ਹੁਸੈਨ ਕੋ ਜੋ ਅੱਲਾ ਆਖੇ ਨਫਸ ਮੁਤਮੈਨਾ, ਨਫਸ ਮੁਤਮੈਨਾ ਹੁੰਦਾ ਹੀ ਉਹ ਜਿਹੜਾ ਪੁੱਤਰ ਕੁਹਾ ਕੇ ਕੁਰਸੀ ਤੇ ਬੈਠਾ ਹੋਵੇ। ਕਈ ਆਖੇ ਜੋ ਕੁਰਸੀ ਛੋੜੀ ਹੈ ਹੁਸੈਨ, ਆਖਰੀ ਵਕਤ ਤੱਕ ਸਜਦੇ ਦੇਵਣ ਤੋਂ ਵੰਜਣ ਤੱਕ ਹੁਸੈਨ ਕੁਰਸੀ ਤੇ ਰਹੇ। ਅਕਬਰ ਦੀ ਜੀਤ ਫੌਜ ਤੇ, ਅੱਬਾਸ ਦੀ ਦੀਦ ਅਕਬਰ ਤੇ, ਹੁਸੈਨ ਕੁਰਸੀ ਤੇ, ਹੁਸੈਨ ਦੀ ਦੀਦ ਅੱਬਾਸ ਤੇ। ਇੱਜ਼ਤ ਅਲੀ ਮਾਵਾਂ ਦੇ ਹਿੱਸੇ ਦਾ ਲਫ਼ਜ਼ ਯਾਦ ਆ, ਭੈਣ ਹੁਸੈਨ ਦੇ ਖੇਮਾਂ ਦੇ ਦਰ ਤੇ, ਬੀਬੀ ਆਲੀਆ ਦੀ ਦੀਦ ਹੁਸੈਨ ਤੇ। ਥਿੱਕਾ ਨਹੀਂ ਬੈਠਾ ਤਾਂ ਅਕਬਰ ਦੀ ਮਾਂ ਜਨਾਬੇ ਲੈਲਾ ਆਈ ਮੁਸੱਲੇ ਤੇ, ਜਨਾਬੇ ਲੈਲਾ ਦੀ ਦੀਦ ਆਈ ਬੀਬੀ ਆਲੀਆ ਦੇ ਚਿਹਰੇ ਤੇ। ਇਹ ਹੀ ਨਿਗਾਹ ਦਿੱਤਾ ਇਸ ਇਲਾਕੇ ਵਾਲੇ, ਕਿਆਮਤ ਦਾ ਮੰਜ਼ਰ ਆਈ। ਅਕਬਰ ਤੂੰ ਖੋਜੀਂ ਛੁੱਟੀਏ, ਗਾਜ਼ੀ ਟਿੱਬੇ ਤੇ ਝਣੇ, ਸ਼ਫੀਰ ਕੁਰਸੀ ਤੇ ਝਣ। ਅਲਮ ਦੀ ਕਲਸਮ ਹੁਸੈਨ ਦਾ ਝਣ ਆਈ, ਫੁੱਫੀ ਦਰਵਾਜ਼ੇ ਤੇ ਝਣੀਏ, ਮਾਂ ਮੁਸੱਲੇ ਤੇ ਝਣ ਪਈ। ਇਵੇਂ ਸਜਦੇ ਸਾਰਾ ਕਿਆ ਦੀ ਮੇਰਾ ਲਾਓ ਤੇਰਾ ਲਖਮ ਦੇ, ਮੇਰੀ ਕੁਰਬਾਨੀ ਕਬੂਲੇ ਆਦੀ ਮੇਰਾ ਸੋਹਣਾ ਬਚੜਾ ਏ, ਮੇਰਾ ਨਾਜ਼ਾਂ ਦਾ ਸ਼ਾਬਾਸ਼ ਅਕਬਰ ਦੀ ਅਕਲ ਆਈ। ਬਾਬਾ ਮੈਂ ਲਾਂਦਾ ਪੀਆ ਇਵੇਂ ਕੁਰਸੀ ਤੂੰ ਜ਼ਮੀਨ ਤੇ ਆ ਕੇ ਸੱਜੇ ਖੱਬੇ ਹੱਥ ਮਾਰ ਕੇ ਆ ਕੇ ਕਿੱਥੇ ਲੱਥੇ ਮੈਂ ਕੋ ਲੱਭਦਾ ਨੇ। ਜਿਹੜੇ ਮਾਤਮੀ ਬੈਠੇ ਵੇ ਬੀਬੀ ਦਰਵਾਜ਼ੇ ਤੂੰ ਹੰਕਲ ਮਾਰੀਏ, ਹੁਸੈਨ ਕਿਆ ਹੋਇਆ? ਅਕਬਰ ਦਾ ਬਾਬਾ ਤਲੀਆਂ ਦੇ ਤੇ ਭੈਣ ਤੋਂ ਦੇ ਕੇ ਆਦੇ, ਕਿਆ ਦੱਸਾਂ ਮੇਰਾ ਅਕਬਰ ਮੋਇਆ, ਨਾ ਸ਼ਬੀਰਾ ਕੇ ਮੇਰਾ ਅਕਬਰ ਮੋਇਆ। ਬੀਬੀ ਚਾਦਰ ਤਦਹੀਰ ਦਿਲਾ ਕੇ ਫਿਰਾਂ ਤੋਂ ਵਧਾਈਏ, ਇਵੇਂ ਰੋ ਕੇ ਖੜੀਆ ਦੀਆ, ਹਾਂ ਭੈਣ ਦੀ ਚਾਦਰ ਹਾਜ਼ਰ ਹੈ ਤੇ ਵਨ ਪੁੱਤਰ ਕੋ ਕਫਾਨ ਪਵਾਏ ਲਖਵਾਰ। ਜੀ ਜੀ ਜਾਈਆਂ ਦੇ ਪਰਦੇ ਹੋਵੇ ਨੀ, ਮੈਂ ਲਖਵਾ ਰੱਖਾਂ ਜੀ ਹਰ ਬੰਦਾ, ਜੀ ਮੈਂ ਲਖਵਾ ਰੱਖਾਂ ਜਾਈਆਂ ਦੇ ਪਰਦੇ ਹੋਵੇ ਨਾ, ਇਵੇਂ ਤੁਰ ਪਏ ਨਾ ਹਾਲਤ ਕਿਹੜੀ ਹੈ। ਹਾਏ ਅਕਬਰ ਕਰਕੇ ਜ਼ਮੀਨ ਤੇ ਝਣ ਪਾਉਂਦੇ, ਜੀ ਮੁਰਸ਼ਦ ਮੈਂ ਲਖਵਾਰ, ਇਵੇਂ ਹਾਏ ਅਕਬਰ ਕਰਕੇ ਜ਼ਮੀਨ ਤੇ ਝਣ ਦੇਣ ਵਤੀ ਯਾਲੀ ਕਰਕੇ ਉੱਠੀ ਪਾਉਂਦੇ। ਅਲਮ ਨਿਕਲ ਸਮੇਂ 9 ਲੱਖ ਹੱਸਦਾਈ, ਮੁਕਾਣੀ ਵੀ ਅਤ ਕੋਈ ਨਾ, ਇੱਕ ਅਕਬਰ ਦਾ ਘੋੜਾ ਉਕਾ ਬਈ ਗਿਆ ਕੇ ਕਦਮਾਂ ਤੇ ਸਰ ਰੱਖੇ। ਪਹਿਲੀ ਪਹਿਲੀ ਮੁਕਾਣ ਅਕਬਰ ਦੀ ਉਕਾ ਬਾ ਦਿੱਤੀ ਹੈ, ਹੁਸੈਨ ਦੇ ਕਦਮਾਂ ਤੇ ਸਰ ਰੱਖੇ। ਇਵੇਂ ਸਰ ਰੱਖਿਆ ਤੇ ਪਰਚਾਉਣੀ ਹੋਵੀ ਤੇਰੇ ਅਕਬਰ ਦੇ ਵੱਡੇ ਅਰਮਾਨ, ਸ਼ਫੀਰ ਨੇ ਘੋੜੇ ਦੇ ਮੱਥੇ ਤੇ ਹੱਥ ਰੱਖੇ, ਉੱਚਾ ਵੈਣ ਕਰਕੇ ਆਦੇ ਇੱਕ ਸਨ ਜ਼ਈਫੀ ਵੀ ਆ ਮੁਲਕ ਪਰਾਇਆ, ਤੇ ਤੀਜਾ ਆਸਰਾ ਭੱਜ ਗਿਆ ਆਦੇ ਮੈਂ ਹੱਥੋਂ ਬਚੀ। ਜੀ ਜੀ ਧੀਆਂ ਦੇ ਪਰਦੇ ਮੈਂ ਲਖਵਾ ਰੱਖ, ਇਹੋ ਹੱਕੇ ਗਰੀਬਾਂ ਦੇ ਗਮ ਵਿੱਚ ਰੋਵਣ ਵਜਾਈਆਂ ਦੇ ਪਰਦੇ ਹੋਏ ਨ ਆਦੇ ਖੜੇ ਇੱਕ ਸਨ ਜ਼ਈਫੀ ਵੀ ਆ ਮੁਲਕ ਪਰਾਇਆ, ਤੇ ਤੀਜਾ ਆਸਰਾ ਭੱਜ ਗਿਆ ਮੈਂ ਹੱਥੋਂ ਬਾਲ।
ਅਕਬਰ ਦੇ ਸਿਰਾਂ ਦੀਆਂ ਬੈਠੇ ਸਰ ਝੋਲੀ ਪਾਏ ਸਰ ਝੋਲੀ ਪਾ ਕੇ ਆਦੇ ਅੱਖੀ ਬਾਲ ਬੁਝੜਾ ਪਿਓ ਮਿਲਣ ਆਈ ਬੈਜਨ ਸੱਜਾ ਮੱਥੇ ਤੇ ਰੱਖ ਕੇ ਅਕਬਰਾਂ ਦੇ ਬਾਬਾ ਮੇਰੇ ਸਲਾਮ ਹੋਈ ਸੈਯਦਾਂ ਦੇ ਅੱਜ ਪੱਕ ਲੱਗੇ ਜੋ ਮੈਂ ਗਰੀਬ ਹਾਂ ਸੈਯਦਾਂ ਦੇ ਅਕਬਰ ਅੱਜ ਪੱਕੇ ਮੈਂ ਹੁਣ ਗਰੀਬ ਹਾਂ ਅਕਬਰਾਂ ਦੇ ਕਿਉਂ ਬਾਬਾ ਸੈਯਦਾਂ ਦੇ ਅੱਗੇ ਜੋ ਆਵਾਂ ਹੱਥਾਂ ਦਾ ਸਲਾਮ ਆਉਂਦਾ ਹੀ ਅੱਜ ਪਹਿਲੀ ਵਾਰ ਇਹ ਕਰਦਾ ਸਲਾਮ ਹੈ ਅਕਬਰਾਂ ਦੇ ਬਾਬਾ ਮੇਰੇ ਸੀਨੇ ਜ਼ੁਲਮ ਦਾ ਸਮਾਨ ਹੈ ਮੈਂ ਤਾਂ ਤੂੰ ਮਰ ਲੰਘੇ ਆ ਸੈਯਦਾਂ ਦੇ ਅਕਬਰ ਮੇਰੇ ਦੇ ਕਾ ਹੱਥ ਚਾ ਮੈਂ ਕੋਈ ਇਬਰਾਹੀਮ ਆ ਉਹ ਜਵਾਨੋ ਅਕਬਰ ਹੱਥ ਚਾਏ ਸ਼ਬੀਰ ਝੋਲੀ ਚਾਹੀਏ ਸੈਯਦਾਂ ਦੇ ਅੱਲਾ ਪੁੱਤਰ ਕੁਝ ਜਾਓ ਕੇ ਖੈਮੇ ਘੇਰਨਾ ਹੈ ਆਖਰੀ ਜੁਮਲਾ ਕੋਈ ਜਲਦੀ ਨਹੀਂ ਉਬਾਲ ਨਹੀਂ ਇੱਕ ਜੁਮਲਾ ਜ਼ੇਨ ਮਜਲਿਸ ਵਿੱਚ ਰੱਖ ਸਾਡੇ ਕੋਟ ਦੂਦੇ ਆਲਮ ਦੀਨ ਹੈਨ ਆਪਣੇ ਦੌਰ ਦੇ ਮੁਜਤਹਿਦ ਆਜ਼ਾਦ ਹੁਸੈਨ ਅਲਾਮਾ ਹਿਦਾਇਤ ਹੁਸੈਨ ਨਜਫੀ ਇਹ ਕਯਾਮ ਪਾਕਿਸਤਾਨ ਤੋਂ ਪਹਿਲੇ ਨਜਫ ਅਸ਼ਰਫ ਦੇ ਮੁਜਤਹਿਦ ਹੈ ਸਨਦ ਯਾਫਤਾ ਇਹਦਾ ਅਕੀਦੇ ਆਲਾ ਮੁਲਤਾਨ ਵਾਲੇ ਮੁਜਤਹਿਦ ਜੋ ਮਿੰਬਰ ਤੇ ਸਾਰੀ ਜ਼ਿੰਦਗੀ ਫਜ਼ਾਇਲ ਨਹੀਂ ਪੜਦਾ ਮਸਾਇਬ ਪੜਦਾ ਸਾਰੀ ਜ਼ਿੰਦਗੀ ਅਲਾਮਾ ਸਾਹਿਬ ਮਿੰਬਰ ਤੇ ਕਦੀ ਅਲੀ ਅਕਬਰ ਦੀ ਸ਼ਹਾਦਤ ਨਹੀਂ ਪੜੀ 1955 ਵਿੱਚ ਕੋਟਲਾ ਹਾਜੀ ਸ਼ਾਹ ਜ਼ਿਲ੍ਹਾ ਲਈ ਆਏ ਜੋ ਕੋ ਮੂਮਨਾ ਖਾਈ ਸੈਦਾ ਖਾਈ ਜੋ ਤੇ ਹੁਸੈਨ ਦੇ ਅਕਬਰ ਦਾ ਵਾਸਤੇ ਸ਼ਹਾਦਤ ਸੁਣਾ ਜਦਾਂ ਇਨਾ ਉਹ ਜੁਮਲਾ ਤੇ ਆਪਣੇ ਦੌਰ ਦਾ ਮੁਜਤਹਿਦ ਪਹੁੰਚਾਈ ਮਿੰਬਰ ਤੇ ਮਰ ਗਈ ਆਈ ਜੁਮਲੇ ਤੇਰੇ ਆਇਨ ਪੜਦਾ ਪੀ ਆਈ ਜਦਾਂ ਉਹ ਖਚਾ ਹੋ ਕੇ ਖੇਮੇ ਆਏ ਹੱਕ ਬਣਦਾ ਈ ਬੀਬੀ ਆਲੀਆ ਕੇ ਵਾਲ ਖੋਲਿਆ ਬੀਬੀ ਫਿਜ਼ਾ ਦੀ ਕੰਡ ਦੇ ਪਿੱਛੋਂ ਲੁਕੀਏ ਹੁਸੈਨ ਬਚੜੇ ਦੀ ਲਾਸ਼ ਆ ਗਈ ਨਹੀਂ ਰੋਂਦੀ ਕਿਉਂ ਨਾ ਆਇਆ ਆਦੀ ਅੰਮਾ ਫਿਜ਼ਾ ਮੈਂ ਕੁਲਸਾ ਅਕਬਰ ਦੀ ਲਾਸ਼ ਚਾਵਣ ਵਾਲਾ ਬੁਢੜਾ ਕੌਣ ਹੈ ਸੈਯਦਾਂ ਦੇ ਮੈਂ ਕੁਛ ਜਾਣ ਤੇ ਦਾ ਅਕਬਰ ਫਿਰਾ ਆਵਾਜ਼ਾਂ ਦੀ ਇਹ ਫਿਰ ਲਖਵਾਰ ਸ਼ਾਬਾਸ਼ ਸ਼ਾਬਾਸ਼ ਤਿਆਰੀ ਕਰਾ ਮੁਕਾਣ ਦੀ ਜੀ ਮੈਂ ਲਖਵਾਰ ਆਖਣ ਆਈ ਤੇ ਪਰਦੇ ਹੋਵੇਂ ਸਾਰੇ ਆਏ ਨਾ ਪਰਦਾਦਾਰ ਸਾਰੇ ਆਏ ਨਾ ਇੱਕ ਵੈਣ ਪੜ੍ਹਨਾ ਚਾਹੁੰਦਾ ਸੈਯਦਾਂ ਦੇ ਮੈਂ ਸੁਣਿਆਉਣ ਮੈਂ ਹੁਸੈਨ ਇੱਕ ਵੈਣ ਪੜ੍ਹਨ ਜਾਣਾ ਸਾਰੇ ਪਰਦਾਦਾਰ ਆਏ ਨ ਇੱਕ ਅਕਬਰ ਦੀ ਮਾਂ ਜੀ ਮੈਂ ਜ਼ਰੂਰ ਪੜ੍ਹਦਾ ਹੁਸੈਨ ਦਾ ਮਾਤਮੀ ਹੁਕਮ ਵੀ ਰਹਿੰਦੇ ਮਰਸੀਆ ਜ਼ਰੂਰ ਸੁਣਾ ਮੈਂ ਜ਼ਰੂਰ ਵੀ ਪੜ੍ਹਦਾ ਜ਼ਿੰਦਗੀ ਦਾ ਪਤਾ ਨਹੀਂ ਸਾਰੇ ਆਏ ਨ ਅਕਬਰ ਦੀ ਮਾਂ ਜਨਾਬੇ ਲੈਲਾ ਨਹੀਂ ਆਈ ਕਰੋ ਸਵਾਲ ਇਮਰਾਨ ਦੱਸਾ ਸ਼ਰਮਾਉਂਦੀ ਆਈ ਮੁਲਤਾਨ ਆਲੇ ਮੈਂ ਕੋਲਮ ਦੀ ਕਸਮ ਸ਼ਰਮਾ ਦੀ ਨਹੀਂ ਰਹਾ ਨਾ ਇਸ ਲਬਦਾ ਅਲਮ ਦੀ ਕਸਮ ਹੈ ਫਿਜ਼ਾ ਹੱਥ ਨਭ ਕੇ ਅਕਬਰ ਦੇ ਸਿਰਾਂ ਦੀ ਖੇਨਈ ਹੈ ਮਿੰਬਰ ਦੀ ਕਸਮ ਹੈ ਬੀਬੀ ਅਕਬਰ ਦੇ ਸੀਨੇ ਦਾ ਖੂਨ ਵੇ ਵਾਲਾ ਤੇ ਮੱਲੇ ਹੈ ਜਦਾਂ ਮਾਂ ਦੇ ਵਾਲਾ ਤੇ ਪੁੱਤਰ ਦਾ ਖੂਨ ਹੈ ਨਗਰੀ ਕਰਬਲਾ ਦੀ ਹੱਲੀ ਹੈ ਹੁਸੈਨ ਦਾ ਵੈਣ ਹੈ ਕੇ ਕਰੇ ਨਹੀਂ ਹੈ ਕੈਨਾਤ ਖਤਮ ਹੋ ਸੀ ਉੱਚਾ ਵੈਣ ਕਰਕੇ ਆ ਦੀ ਆਈ ਮੰਨਤ ਮਰੀ ਪਿਉ ਅਕਬਰ ਦਾ ਜਦਾਂ ਬਚੜੇ ਕੋ ਪਰਨੇ ਸ਼ਾਬਾਸ਼ ਸ਼ਾਬਾਸ਼ ਜੀ ਜੀ ਹੱਥ ਪਿਆਰਾ ਨਹੀਂ ਸੀਨਾ ਪਿਆਰਾ ਨਹੀਂ ਹੁਸੈਨ ਦੇ ਅਕਬਰ ਦਾ ਮਾਤਮ ਹੈ ਜਿਹੜੇ ਮਾਪੀ ਬੈਠੇ ਜੀ ਜੀ ਮੈਂ ਲਖਵਾ ਰੱਖਾਂ ਅਜਾ ਪਿਓ ਦੇ ਸਰ ਪਿਓ ਦੀ ਝੋਲੀ ਵਿੱਚ ਪੁੱਤਰ ਦਾ ਸਰ ਆਈ ਜਦਾਂ ਔਖੇ ਵੇਲੇ ਸੱਜਣ ਕੋਈ ਆਵੇ ਜਿੱਥੇ ਕੋਈ ਖੜੇ ਨਵੇਂ ਭੁੱਲ ਗਈਆਂ ਨਵੇਂ ਥੱਕ ਗਈਆਂ ਇੱਕ ਮਰਸੀਆ ਕਹਿੰਦੇ ਬੁਲੰਦੀ ਦਰਜਾਤ ਵਾਸਤੇ ਪੜ੍ਹਨਾ ਚਾਹੁੰਦਾ ਪਿਓ ਦੀ ਝੋਲੀ ਵਿੱਚ ਪੁੱਤਰ ਦਾ ਸਰ ਹੈ ਅਕਬਰ ਦੇ ਜ਼ਖਮੀ ਸੀਨੇ ਦੋਢੇ ਦੇ ਮਲਕਲ ਮੌਤ ਖੜੇ ਸਿਰਾਂ ਦੀ ਕਈ ਵੇਲੇ ਪਿਓ ਦੀ ਜ਼ਈਫੀ ਦੋਢੇ ਦੇ ਕਈ ਵੇਲੇ ਪੁੱਤਰ ਦੀ ਜਵਾਨੀ ਦੋਢੇ ਦੇ ਅਜਾ ਲਫ਼ਜ਼ ਇਹ ਹਿਕ ਮੈਂ ਦੋਢੇ ਦੇ ਪਏ ਹਨ ਯਾ ਹੱਕ ਲਈਏ ਮੇਰਾ ਸਲਾਮ ਮੈਂ ਸੁਗਰਾ ਦਾ ਕਾਸੇ ਦਾ ਮਰਨ ਵੇਸੇ ਮੈਂ ਜਿਹੜਾ ਮਰਸੀ ਆ ਪੜਸਾਂ ਜਿਹੜੇ ਮਾਤਮ ਬੈਠੇ ਮੈਂ ਸੁਜਣਾ ਬਰਦਾਸ਼ਤ ਕਿਵੇਂ ਕਰੇ ਸੀ ਜਦੋਂ ਬੰਦੇ ਕੋਲ ਦੁੱਖ ਵੇੜ ਵੰਜਣ ਨਾ ਤੇ ਸਜਣਾ ਦਾ ਕੋਈ ਸੁਨੇਹਾ ਆ ਵੰਜੇ ਜਾਂ ਕੋਈ ਸਜਣਾ ਦਾ ਪੈਗਾਮ ਆ ਵੰਜੇ ਹਮੇਸ਼ਾ ਦੁੱਖੀ ਮਾਤ ਵੰਜਣ ਇਵੇਂ ਨਾ ਤੇ ਗਿਰੀਏ ਦੀ ਇਜਾਫਤ ਹੈ ਧੀ ਦਾ ਖਤ ਹੈ ਮਜ਼ਲੂਮ ਨੇ ਧੀ ਦਾ ਖਤ ਕਿੱਦੇ ਧੀ ਨੇ ਕੁਝ ਤੋਹਫੇ ਭੇਜਿਆ ਹੈ ਤੋਹਫੇ ਕਿਹੜੀ ਕਿਹੜੀ ਸ਼ਾਇ ਅਕਬਰ ਦੀ ਪੱਗ ਹੈ ਕਾਸਮ ਦਾ ਗਾਨਾ ਹੈ ਅਸਗਰ ਦੇ ਚੋਲੇ ਹੈ ਜਿਹੜੇ ਮਾਸੂਮ ਆਦਮੀ ਬੈਠੇ ਹੋਏ ਨੇ ਸਾਰੇ ਤੋਹਫੇ ਮਜ਼ਲੂਮ ਰੱਖਣ ਵਤੀ ਪੁੱਤਰ ਦੇ ਸੀਨੇ ਤੋਂ ਦੇਖ ਕੇ ਸ਼ਬੀਰ ਇੱਕ ਵੈਣ ਕੀਤੇ
रुल गई टिबे बिच तेरी पाक जवानी है, रुल गई टिबे बिच तेरी पाक जवानी है। जिथा नीता कोई बैठा है सैया दवाएं ना अकबर अखी भाल पियू भेन दा खाता है। अकबरा दे बाबा औखा वे ले जल्दी करो मेरी भेन ने क्या लिखा है। सैया दा दे अकबर तेरो सिर्फ खात ने लिखा बल्कि तेरो भेन ने एक पग भेदी है। अकबरा दे बाबा पग जो आई है मेरी भेन ने लिखा क्या है। शफीर दी डारी नहीं हंजुआ दा परना ले रो के आद बैठन तेरी भेन पे लिख दी है। थी भी शादी है पग पावे मेरे बात ना भूल जावे, पल्लू कहे तू ना बधवावे। हाय जी जी धीया दे पर्दे होनी मैं लखवार, हाय पल्लू जी 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 मैं लखवार, जी मैं लखवार आखा धीया दे पर्दे होवे ना। रोंदा बैठा एक बार दा बाबा खत्म हो गई मजलिस। शबीर ने जदा धी दा खत पढ़े अकबर दे सीने दे खून, शबीर ने रोशनाई बना के जवाब लिखना शुरू किया। अकबर दा बाबा रोंदे बैठे ते धी दो जवाब बैठे लिख दे। जितने मापी बैठे हो तक अकबर दी जवानी दा वास्ते जरा ज़हन कर भला भिनवान। धी दो खाता जवाब बैठे लिख दे, रो रो के लिखता बैठे, असा कोई नहीं की शादी कहिए छोकू जड़ा लैला दी, ओ पइए धोप ते लाश फिरा दी। हाय पइए धोप ते